ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਚੈਨਲ ਆਈ ਪੰਜਾਬ ਦੀ ਖਬਰ ਦਾ ਹੋਇਆ ਅਸਰ। ਭਲਾਈ ਸਕੀਮ ਦਾ ਲਾਭ ਲੈਣ ਲਈ 400 ਫਾਰਮ ਭਰੇ ਗਏ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇਸੇ ਤਰ੍ਹਾਂ ਦੇ ਫਾਰਮ ਭਰਨ ਲਈ ਕੜਾਮ ਵਿਖੇ ਕੈਂਪ ਲਗਾਇਆ ਗਿਆ ਸੀ, ਪਰ ਕੜਾਮ ਵਿਖੇ ਲਗਾਏ ਕੈਂਪ ਵਿੱਚ ਥੋੜੇ ਜਿਹੇ ਫਾਰਮ ਭਰ ਕੇ ਅਫਸਰ ਚੱਲਦੇ ਬਣੇ ਸਨ। ਚੈਨਲ ਆਈ ਪੰਜਾਬ ਉੱਪਰ ਖਬਰ ਚੱਲਣ ਤੋਂ ਬਾਅਦ ਅਫਸਰ ਹਰਕਤ ਵਿੱਚ ਆਏ ਹਨ ਅਤੇ ਅੱਜ ਦੋਦਨ ਸਾਧਾਂ ਵਿਖੇ ਲਗਾਏ ਕੈਂਪ ਵਿੱਚ 400 ਦੇ ਕਰੀਬ ਫਾਰਮ ਭਰੇ ਗਏ ਹਨ। ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਇਸ ਕੈਂਪ ਵਿੱਚ 12 ਪਿੰਡਾਂ ਦੇ ਤਕਰੀਬਨ 400 ਲਾਭਪਾਤਰੀਆਂ ਨੇ ਵੱਖ ਵੱਖ ਯੋਜਨਾਵਾਂ ਤਹਿਤ ਲੋਕ ਭਲਾਈ ਦੇ ਫਾਰਮ ਭਰੇ। ਇਸ ਮੌਕੇ ਕੈਂਪ ਦਾ ਨਿਰੀਖਣ ਕਰਨ ਪਹੁੰਚੇ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਸਿਆਸੀ ਸਕੱਤਰ ਜੋਗਿੰਦਰ ਸਿੰਘ ਕਾਕੜਾ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਲਈ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਇੱਕੋ ਛੱਤ ਥੱਲੇ ਸਹੂਲਤ ਦੇਣ ਲਈ ਲੋਕ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿੱਚ ਪੈਨਸ਼ਨ ਸਕੀਮ, ਮਨਰੇਗਾ, ਜਲ ਸਪਲਾਈ, ਕਿਰਤ ਕਾਰਡ ਆਦਿ ਵਰਗੀਆਂ ਸਕੀਮਾਂ ਦੇ ਫਾਰਮ ਭਰੇ ਜਾ ਰਹੇ ਹਨ। ਜਿਹੜੇ ਕੈਂਪ ਲੱਗੇ ਨੇ, ਇਹ ਜਿਹੜੇ ਕੈਂਪ ਨੇ ਇੱਕੋ ਛੱਤ ਹੇਠ ਥੱਲੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਰਕਾਰ ਤੁਹਾਡੇ ਦੁਆਰ ਪਿੰਡ ਤਹਿਤ ਕੈਂਪ ਲਾਏ ਗਏ ਨੇ ਔਰ ਇਹ ਵੱਖ ਵੱਖ ਪਿੰਡਾਂ 'ਚ ਕੈਂਪ ਲਾਏ ਨੇ। ਇਹ ਸਾਡੀ ਕਾਂਗਰਸ ਦੀ ਸਰਕਾਰ, ਕੈਪਟਨ ਅਮਰਿੰਦਰ ਸਿੰਘ ਦੀ, ਮਹਾਰਾਣੀ ਪਰਨੀਤ ਕੌਰ ਜੀ ਔਰ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਦੇਖ ਰੇਖ ਅੱਜ ਦੁੱਧਨ ਵਿਖੇ ਕੈਂਪ ਲਾਇਆ ਸੀ। ਇੱਕੋ ਛੱਤ ਦੇ ਥੱਲੇ ਚਾਹੇ ਉਹ ਅੰਗਹੀਣਾਂ ਦੇ ਫਾਰਮ ਨੇ, ਚਾਹੇ ਉਹ ਪੈਨਸ਼ਨ ਦੇ ਨੇ, ਚਾਹੇ ਮਨਰੇਗਾ ਦੇ ਨੇ, ਚਾਹੇ ਆਟਾ ਦਾਲ ਦੇ ਨੇ, ਕਿ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਣ ਲਈ ਇੱਕੋ ਪਿੰਡ 'ਚ ਲਾ ਕੇ 8-10 ਪਿੰਡਾਂ ਦਾ ਕੈਂਪ ਹੈ ਇੱਥੇ ਔਰ ਲੋਕ ਇੱਕੋ ਛੱਤ ਦੇ ਥੱਲੇ ਆ ਕੇ ਸਾਰੀਆਂ ਸਹੂਲਤਾਂ ਲੈਣ, ਉਹਨਾਂ ਦੇ ਤਹਿਤ ਅੱਜ ਦੁੱਧਨ ਵਿਖੇ ਕੈਂਪ ਹੈ। ਸਰਕਾਰ ਆਪ ਖੁਦ ਆ ਕੇ, ਸਰਕਾਰ ਦੇ ਮੁਲਾਜ਼ਮ ਗਰੀਬ ਲੋਕਾਂ ਦੇ ਵੱਖ ਵੱਖ ਸਕੀਮਾਂ ਦੇ ਫਾਰਮ ਭਰ ਕੇ ਉਹ ਜਿਹੜੇ ਇੱਥੇ ਮੌਕੇ ਦੇ ਉੱਤੇ ਸਾਰੇ ਨਿਪਟਾਰਾ ਕਰਕੇ ਕੈਂਪ ਲਾ ਕੇ ਲੋਕਾਂ ਨੂੰ ਸਹੂਲਤਾਂ ਦੇ ਰਹੀਆਂ। ਦੇਵੀਗੜ੍ਹ ਤੋਂ ਰਜਿੰਦਰ ਸਿੰਘ ਮੌਜੀ ਦੀ ਰਿਪੋਰਟ।